ਮੈਂ ਬੁਢਲਾਡੇ ਦੀ ਗੱਲ ਕਰਾਂ, ਬੁਢਲਾਡੇ ਵਿੱਚ 50,000 ਦੀ ਆਬਾਦੀ ਹੈ, ਕਿ ਆਪਾਂ ਯਾਨੀ ਕਿ ਵੀ 5,000 ਗਾਂ ਨੂੰ ਰੱਖਣ ਨੂੰ ਵੀ ਕਪੈਸਿਟੀ ਨਹੀਂ ਆਪਣੇ ਕੋਲ? ਮੈਂ ਕਹਿੰਦਾ 5,000 ਗਾਵਾਂ ਕਹੋ ਵੀ ਇੱਕ ਗਾਂ ਦਾ ਖਰਚਾ ਮੈਂ ਰੋਜ਼ ਦਾ ਵੀ ਮੈਂ ਦਿਆ ਕਰੂੰਗਾ। ਅਸੀਂ ਗਊ ਵੰਸ਼ ਨੂੰ ਸਾਂਭਣ ਵਾਸਤੇ ਤਿਆਰ ਹਾਂ, ਪਰ ਸਾਡੇ ਕੋਲ ਇੱਕ ਯਾਨੀ ਕਿ ਵੀ ਉਹ ਤਾਂ ਹੋਵੇ ਵੀ ਸਾਡੇ ਕੋਲ, ਅਸੀਂ ਯਾਨੀ ਕਿ ਵੀ ਕੋਈ ਫੰਡ ਤਾਂ ਹੋਣ ਸਾਡੇ ਕੋਲ, ਅਸੀਂ ਜੇਬਾਂ 'ਚ ਵੀ ਕਿੰਨਾ ਕੁ ਚਿਰ ਕਰਾਂਗੇ, ਲੋਕਾਂ ਤੋਂ ਅਸੀਂ ਕਿੰਨਾ ਚਿਰ ਮੰਗਾਂਗੇ? ਹਰੇਕ ਬਿੱਲ ਦੇ ਵਿੱਚ ਗਊ ਅਸੈਸ, ਸ਼ਰਾਬ ਦੀ ਬੋਤਲ ਦੇ ਵੀ ਗਊ ਅਸੈਸ, ਤੇ ਉਹ ਤੁਹਾਨੂੰ ਮਿਲਦਾ ਨਹੀਂ? ਨਹੀਂ ਜੀ। ਲੋਕ ਕਹਿੰਦੇ ਜਿਹੜਾ ਗਊਸ਼ਾਲਾ ਦੇ ਜਿਹੜੇ ਸਰਪ੍ਰਸਤ ਹੁੰਦੇ ਨੇ ਵੀ ਉਹ ਦੁੱਧ ਵਾਲੀਆਂ ਜਿਹੜੀਆਂ ਗਾਵਾਂ ਜ਼ਿਆਦਾ ਰੱਖਦੇ ਨੇ ਅਤੇ ਜਿਹੜੀ ਦੂਸਰੀ ਨੇ ਉਹਨਾਂ ਗਾਵਾਂ ਨੂੰ ਬਾਹਰ ਕੱਢ ਦਿੰਦੇ ਨੇ, ਇਹਦੇ ਵਿੱਚ ਕਿੰਨੀ ਕੁ ਸੱਚਾਈ ਅਤੇ ਕਿੰਨੀ ਕੀ ਇਹ ਗੱਲ? ਦੇਖੋ ਜੀ, ਜੋ ਇਹ ਬੇਸਹਾਰਾ ਗਊ ਵੰਸ਼ ਸੜਕਾਂ 'ਤੇ ਘੁੰਮ ਰਿਹਾ, ਉਹਦਾ ਅਸਲੀ ਸਥਾਨ ਗਊਸ਼ਾਲਾ ਨਹੀਂ ਹੈ। ਪੱਕਾ ਸਾਡੇ ਕੋਲ ਇੰਸ਼ੋਰੈਂਸ ਹੋਵੇ ਵੀ ਹਾਂ ਵੀ ਤੁਹਾਨੂੰ ਮੰਥਲੀ ਵੀ ਪਰ ਗਊ ਇੰਨਾ ਪੈਸਾ ਮਿਲੇਗਾ, ਤਾਂ ਅਸੀਂ ਹਰ ਇੱਕ ਗਊ ਸ਼ਾਮ ਨੂੰ ਤਿਆਰ ਹਾਂ। ਸਾਡੇ ਰਿਟਰਨ 'ਚ ਐਗਰੀਮੈਂਟ ਕਰਨ, ਸਾਨੂੰ 50 ਰੁਪਏ ਮਹੀਨਾ ਮੰਥਲੀ ਮਿਲੇ, ਤਾਂ ਅਸੀਂ ਯਾਨੀ ਕਿ ਸਾਨੂੰ ਕਿੰਨੇ ਮਰਜ਼ੀ ਗਾਵਾਂ ਗਊ ਯਾਨੀ ਕਿ ਸਾਨੂੰ ਸੰਭਾਲ, ਅਸੀਂ ਸਾਰੇ ਸਾਹਮਣੇ ਤਿਆਰ ਹਾਂ। ਉੱਥੇ ਪੰਜਾਬ ਕੇ ਮਾਨਸਾ ਜ਼ਿਲ੍ਹਾ ਕੇ ਬੁਢਲਾਡਾ ਸ਼ਹਿਰ ਮੇ ਸੜਕ ਦੁਰਘਟਨਾ ਕੀ ਵਜ੍ਹਾ ਸੇ ਬੜ ਰਹੇ ਹਾਦਸੋਂ ਕੀ ਗਿਣਤੀ ਦਿਨ ਪ੍ਰਤੀ ਦਿਨ ਬੜਤੀ ਜਾ ਰਹੀ ਹੈ। ਯੇ ਹਾਦਸੇ ਸ਼ਹਿਰ ਵਾਸੀਓਂ ਕੀ ਲਾਪਰਵਾਹੀ ਕੀ ਵਜ੍ਹਾ ਸੇ ਨਹੀਂ, ਬਲਕਿ ਸ਼ਹਿਰ ਮੇ ਜਗ੍ਹਾ ਜਗ੍ਹਾ ਘੂਮ ਰਹੇ ਆਵਾਰਾ ਪਸ਼ੂਓਂ ਕੀ ਵਜ੍ਹਾ ਸੇ ਹੋ ਰਹੇ ਹੈ। ਇਨ ਹਾਦਸੋਂ ਕੀ ਵਜ੍ਹਾ ਸੇ ਕੁਛ ਲੋਗੋਂ ਕੋ ਆਪਣੀ ਜਾਨ ਸੇ ਵੀ ਹਾਥ ਧੋਣਾ ਪੜਾ ਹੈ। ਵਾਕਈ ਇਸ ਪ੍ਰਕਾਰ ਕੀ ਲਾਪਰਵਾਹੀ ਅਬ ਚਿੰਤਾ ਕਾ ਵਿਸ਼ਾ ਬਨ ਗਈ ਹੈ। ਆਖਿਰ ਇਸ ਕਾ ਜ਼ਿੰਮੇਦਾਰ ਕੌਣ ਹੈ? ਦਰਅਸਲ ਆਸ ਪਾਸ ਕੇ ਇਲਾਕੇ ਵਿਸ਼ੇਸ਼ ਕਰ ਗਾਓ ਮੇ ਜੋ ਪਸ਼ੂ ਲੋਗੋਂ ਕੇ ਲੀਏ ਨਕਾਰਾ ਹੋ ਜਾਤਾ ਹੈ, ਉਸੇ ਲੋਗ ਯੂੰ ਹੀ ਖੁੱਲ੍ਹਾ ਛੋੜ ਦੇਤੇ ਹੈ ਔਰ ਕੋਈ ਉਨਕੀ ਦੇਖਭਾਲ ਵੀ ਨਹੀਂ ਕਰਤਾ। ਯੇ ਪਸ਼ੂ ਫਿਰ ਖਾਣੇ ਔਰ ਰਹਿਣੇ ਕੀ ਤਲਾਸ਼ ਮੇ ਸ਼ਹਿਰ ਮੇ ਪਨਾਹ ਢੂੰਢਤੇ ਹੈ ਔਰ ਅਕਸਰ ਸ਼ਹਿਰ ਕੀ ਸੜਕੋਂ ਪਰ ਆਵਾਰਾ ਘੂਮਤੇ ਨਜ਼ਰ ਆਤੇ ਹੈ, ਜਿਨਕੀ ਵਜ੍ਹਾ ਸੇ ਵਾਹਨ ਚਾਲਕੋਂ ਖਾਸ ਕਰ ਦੋਪਹੀਆ ਵਾਹਨ ਚਾਲਕੋਂ ਕੋ ਹਾਦਸੋਂ ਕਾ ਸਾਹਮਣਾ ਕਰਨਾ ਪੜਤਾ ਹੈ। ਬੁਢਲਾਡਾ ਸ਼ਹਿਰ ਕੀ ਰੇਲਵੇ ਰੋਡ, ITI ਚੌਕ, ਫੁਹਾਰਾ ਚੌਕ, ਬੱਸ ਸਟੈਂਡ ਵੈਸ ਐਸੀ ਤਮਾਮ ਵਿਅਸਤ ਜਗ੍ਹਾਓਂ ਪਰ ਆਪ ਇਨ ਆਵਾਰਾ ਪਸ਼ੂਓਂ ਕੋ ਘੂਮਤੇ ਦੇਖ ਸਕਤੇ ਹੈ। ਲੋਗੋਂ ਕੋ ਚਾਹੀਏ ਕਿ ਇਸ ਪ੍ਰਕਾਰ ਪਸ਼ੂਓਂ ਕੋ ਨਾ ਛੋੜਾ ਜਾਏ ਔਰ ਪ੍ਰਸ਼ਾਸਨ ਸੇ ਸਮਸਤ ਸ਼ਹਿਰ ਵਾਸੀਓਂ ਕੀ ਤਰਫ ਸੇ ਅਪੀਲ ਹੈ ਕਿ ਜਲਦੀ ਸੇ ਜਲਦੀ ਸੰਬੰਧਿਤ ਵਿਭਾਗ ਕੀ ਟੀਮੋਂ ਕੋ ਭੇਜ ਕਰ ਇਨ ਪਸ਼ੂਓਂ ਕੋ ਸ਼ਹਿਰ ਕੀ ਗੋਸ਼ਾਲਾਓਂ ਮੇ ਭੇਜਨੇ ਕੀ ਵਿਵਸਥਾ ਕੀ ਜਾਏ, ਤਾਂ ਕਿ ਪਸ਼ੂਓਂ ਕੀ ਵਜ੍ਹਾ ਸੇ ਹਾਦਸੇ ਨਾ ਹੋ ਔਰ ਕਿਸੀ ਮਾਂ ਬਾਪ ਕੋ ਆਪਣਾ ਬੇਟਾ ਜਾਂ ਬੇਟੀ ਨਾ ਖੋਣਾ ਪੜੇ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਿਤ ਚਾਵਲਾ। ਦੋਸਤੋ, ਪੰਜਾਬ ਦੇ ਮਾਨਸਾ ਡਿਸਟ੍ਰਿਕਟ ਬੁਢਲਾਡਾ ਦੇ ਵਿੱਚ ਇਸ ਵਕਤ ਮੈਂ ਸਥਿਤ ਹਾਂ ਅਤੇ ਬੁਢਲਾਡਾ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਉਹ ਇੱਕ ਸੜਕ ਦੁਰਘਟਨਾ ਕਾਰਨ ਹੋ ਰਹੀਆਂ ਨੇ। ਸੜਕ ਦੁਰਘਟਨਾ ਲੋਕਾਂ ਦੀ ਲਾਪਰਵਾਹੀ ਦੇ ਨਾਲ ਨਹੀਂ, ਇਹ ਆਵਾਰਾ ਅਤੇ ਬੇਸਹਾਰਾ ਜਿਹੜੇ ਪਸ਼ੂ ਨੇ ਉਹਨਾਂ ਦੇ ਕਰਕੇ ਜਿਹੜੀ ਇਹ ਮੌਤਾਂ ਹੋ ਰਹੀਆਂ ਨੇ, ਜਿਹਦੇ ਵਿੱਚ ਜਵਾਨ ਮੌਤਾਂ ਕਾਫੀ ਗਿਣਤੀ ਦੇ ਵਿੱਚ ਜਿਹੜੀ ਇਹਦੀ ਤਾਦਾਦ ਵੱਧ ਰਹੀ ਹੈ। ਅਤੇ ਇਸ ਸੰਬੰਧੀ ਕਿਸ ਤਰ੍ਹਾਂ ਇਸ ਦੇ ਵਿੱਚ ਠੱਲ ਪਾਈ ਜਾਏਗੀ, ਇਸ ਸੰਬੰਧੀ ਅਸੀਂ ਅੱਜ ਗੱਲਬਾਤ ਕਰਨ ਲਈ ਪਹੁੰਚੇ ਹਾਂ ਸ਼੍ਰੀ ਕ੍ਰਿਸ਼ਨ ਬੇਸਹਾਰਾ ਦੇ ਚੇਅਰਪਰਸਨ ਜੋ ਰਕੇਸ਼ ਜੈਨ ਜੀ ਜਿਨ੍ਹਾਂ ਦਾ ਨਾਮ ਹੈ, ਉਹਨਾਂ ਤੋਂ ਜਾਣਕਾਰੀ ਲੈਣ ਵੇਲੇ ਪੁੱਛਿਆ ਕਿ ਕਿਸ ਤਰ੍ਹਾਂ ਇਸ ਮਸਲੇ ਦੇ ਉੱਤੇ ਠੱਲ ਪਾਈ ਜਾ ਸਕਦੀ ਹੈ। ਸਭ ਤੋਂ ਪਹਿਲਾਂ ਸਰ ਤੁਹਾਡਾ ਸਵਾਗਤ ਹੈ ਜੀ। ਸਵਾਗਤ ਦਾ ਧੰਨਵਾਦ ਜੀ। ਮੈਂ ਸਾਰੇ ਸਰੋਤਾਵਾਂ ਦਾ ਅਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਭ ਨੂੰ ਜੀ ਆਇਆਂ ਨੂੰ ਔਰ ਸਭ ਦਾ ਬਹੁਤ ਸਤਿ ਸ਼੍ਰੀ ਅਕਾਲ ਅਤੇ ਨਮਸਤੇ ਅਤੇ ਜੈ ਸ਼੍ਰੀ ਰਾਮ ਜੀ। ਸਾਡਾ ਪਹਿਲਾ ਸਵਾਲ ਇਹੀ ਹੈ ਜੀ, ਕਿਸ ਤਰ੍ਹਾਂ ਠੱਲ ਪਾਈ ਜਾ ਸਕਦੀ ਹੈ ਜਿਵੇਂ ਦਿਨ ਪਰ ਦਿਨ ਦੁਰਘਟਨਾ ਹੋ ਰਹੀਆਂ ਨੇ, ਜਵਾਨ ਮੌਤਾਂ ਅਤੇ ਸੜਕ ਦੁਰਘਟਨਾ, ਇਹ ਲਾਪਰਵਾਹੀ ਨਾਲ ਨਹੀਂ ਜ਼ਿਆਦਾਤਰ ਇਹ ਹੋ ਰਹੀਆਂ ਨੇ, ਗਊਆਂ ਦੇ ਕਰਕੇ ਜਾਂ ਆਪਾਂ ਪਸ਼ੂਆਂ ਕਰਕੇ ਕਿ ਉਹ ਵਿੱਚ ਆ ਜਾਂਦੇ ਨੇ, ਇਹ ਕਦੋਂ ਠੱਲ ਪਏਗੀ? ਦੇਖੋ ਜੀ, ਜੋ ਇਹ ਬੇਸਹਾਰਾ ਗਊ ਵੰਸ਼ ਸੜਕਾਂ 'ਤੇ ਘੁੰਮ ਰਿਹਾ ਹੈ, ਉਹਦਾ ਅਸਲੀ ਸਥਾਨ ਗਊਸ਼ਾਲਾ ਨਹੀਂ ਹੈ। ਉਹਦਾ ਅਸਲੀ ਸਥਾਨ ਯਾਨੀ ਕਿ ਵੀ, ਕਿਉਂਕਿ ਸ਼ੁਰੂ ਤੋਂ ਹੀ ਯਾਨੀ ਕਿ ਵੀ ਆਪਾਂ ਜਦੋਂ ਤੋਂ ਸ੍ਰਿਸ਼ਟੀ ਰਚਨਾ ਹੋਈ ਹੈ, ਇਹ ਕਿਸਾਨਾਂ ਦੇ ਘਰ 'ਚ ਸੀ ਗਊ ਮਾਤਾ।
ਯਾਨੀ ਕਿ ਵੀ ਅੱਜ ਹਾਲਾਤ ਇਹ ਨੇ, ਮਹਿੰਗਾਈ ਜਾਂ ਕੁਛ ਹੈ ਜਾਂ ਹੋਣ ਦੇ ਕਾਰਨ, ਇਹਨਾਂ ਦਾ ਦੁੱਧ ਘੱਟ ਹੋਣ ਕਾਰਨ ਇਹ ਜਦੋਂ ਕੋਈ ਗਊ ਵੰਸ਼ ਯਾਨੀ ਕਿ ਵੀ ਬੇਕਾਰ ਹੋ ਜਾਂਦਾ ਤਾਂ ਉਹਨਾਂ ਨੂੰ ਪਿੰਡਾਂ 'ਚੋਂ ਯਾਨੀ ਕਿ ਵੀ ਉਹਨਾਂ ਨੂੰ ਯਾਨੀ ਕਿ ਜੇ ਸ਼ਹਿਰ ਵੱਲ ਛੱਡ ਦਿੱਤਾ ਨੇ, ਇਹ ਜੀ ਯਾਨੀ ਕਿ ਵੀ ਘਟਨਾਵਾਂ ਕਾਰਨ ਇਹ ਯਾਨੀ ਕਿ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੀ। ਅਤੇ ਕਿਸ ਤਰ੍ਹਾਂ ਇਹਦੇ ਠੱਲ ਪਾਈ ਜਾਂਦੀ ਹੈ, ਕਿਉਂਕਿ ਇਹ ਬਹੁਤ ਜ਼ਿਆਦਾ ਇੰਨੀਆਂ ਦੁਰਘਟਨਾ ਹੋਣ ਲੱਗ ਗਈਆਂ, ਘਰ ਘਰ ਦੇ ਵਿੱਚ ਜਵਾਨ ਮੌਤਾਂ ਦਾ ਜਿਹੜਾ ਮੰਜ਼ਰ ਵਿਛੜਿਆ। ਤੁਸੀਂ ਦੇਖੋ, ਅਗਰ ਮੈਂ ਇਕੱਲੇ ਬੁਰਲਾਡੇ ਦੀ ਨਹੀਂ ਅਗਰ ਆਪਾਂ ਗੱਲ ਕਰੀਏ, ਆਲ ਓਵਰ ਪੰਜਾਬ ਦੇ ਵਿੱਚ ਹੀ ਇਹ ਲੋਕ ਬੜੇ ਪਰੇਸ਼ਾਨ ਨੇ। ਦੇਖੋ ਇਹਦੇ ਵਾਸਤੇ ਅਸੀਂ, ਮੈਂ ਪਿਛਲੇ, ਕਿਉਂਕਿ ਮੈਂ ਵੀ ਖੁਦ, ਮੇਰੇ ਦਾ ਵੀ ਦੋ ਵਾਰੀ ਗਊਸ਼ਾਲਾ ਦਾ ਯਾਨੀ ਕਿ ਵੀ ਗਊ ਮਾਤਾ ਨਾਲ ਮੇਰਾ ਐਕਸੀਡੈਂਟ ਹੋਇਆ, ਮੈਂ ਵੀ ਬਹੁਤ ਬਚ ਕੇ ਯਾਨੀ ਕਿ ਵੀ ਆਇਆ ਪਰਮਾਤਮਾ ਵੱਲੋਂ। ਅਤੇ ਅੱਜ ਮੈਨੂੰ ਯਾਨੀ ਕਿ ਵੀ ਜਿਹੜਾ ਹੈਗਾ, ਅਸੀਂ 2004 ਤੋਂ ਇਹ ਗਊਸ਼ਾਲਾ ਯਾਨੀ ਕਿ ਵੀ ਸ਼੍ਰੀ ਕ੍ਰਿਸ਼ਨਾ ਬੇਸਹਾਰਾ ਗਊਸ਼ਾਲਾ ਜੋ ਕਿ ਭਿੱਖੀ ਰੋਡ 'ਤੇ ਸਥਿਤ ਹੈ, ਅਸੀਂ ਚਲਾ ਰਹੇ ਹਾਂ। ਸਾਡਾ ਵੀ ਮੁੱਖ ਮਕਸਦ ਇਹੀ ਸੀ ਯਾਨੀ ਕਿ ਵੀ ਜਿੰਨੇ ਵੀ ਬੇਸਹਾਰਾ ਗਊ ਵੰਸ਼ ਇੱਧਰ ਉੱਧਰ ਘੁੰਮ ਰਿਹਾ ਉਹਨਾਂ ਨੂੰ ਅੰਦਰ ਲੈ ਕੇ ਜਾਇਆ ਜਾਵੇ। ਔਰ ਅਸੀਂ ਬਹੁਤ ਕੋਸ਼ਿਸ਼ ਕਰਕੇ ਅਸੀਂ ਇਹ ਗਊਸ਼ਾਲਾ ਚਲਾਈ ਹੈ ਔਰ ਅਸੀਂ ਬੇਸਹਾਰਾ ਗਊ ਵੰਸ਼ ਨੂੰ ਲੈ ਕੇ ਵੀ ਆਏ ਹਾਂ। ਪਰ ਜਿੱਦਾਂ ਕਿ ਵੀ ਜਦੋਂ ਅਸੀਂ ਆਮ ਸਮਾਜ ਦੇ ਵਿੱਚ ਇਹਦੇ ਵਾਸਤੇ ਪੈਸਾ ਇਕੱਠਾ ਕਰਦੇ ਹਾਂ, ਕਿਉਂਕਿ ਦੇਖੋ ਆਮ ਲੋਕਾਂ ਕੋਲ ਕਿੰਨਾ ਕੁ ਚਿਰ ਕਿਸੇ ਕੋਲ ਅਸੀਂ ਪੈਸਾ ਲੈ ਸਕਦੇ ਹਾਂ, ਇਹਦੇ ਵਾਸਤੇ ਕਿਤੇ ਨਾ ਕਿਤੇ ਮੈਂ ਸਰਕਾਰਾਂ ਨੂੰ ਜ਼ਿੰਮੇਵਾਰ ਸਮਝਦਾ। ਦੇਖੋ ਹਰ ਇੱਕ ਬਿੱਲ ਦੇ ਵਿੱਚ ਗਊ ਅਸੈਸ, ਸ਼ਰਾਬ ਦੀ ਬੋਤਲ ਦੇ ਵੀ ਗਊ ਅਸੈਸ, ਤੇ ਉਹ ਤੁਹਾਨੂੰ ਮਿਲਦਾ ਨਹੀਂ? ਨਹੀਂ ਜੀ, ਕਿਉਂਕਿ ਪਤਾ ਕੀ ਹੈ, ਜੇਕਰ ਸਰਕਾਰ ਚਾਹੇ, ਸਰਕਾਰ ਗਊਆਂ ਦੇ ਨਾਮ ਦੇ ਉੱਤੇ ਬਹੁਤ ਸੈਸ ਇਕੱਠਾ ਕਰ ਰਹੀ ਹੈ, ਹਰ ਇੱਕ ਬਿੱਲ ਦੇ ਉੱਤੇ ਹਰ ਇੱਕ ਕੋਈ ਨਾ ਕੋਈ ਯਾਨੀ ਕਿ ਵੀ ਜਿਹੜਾ ਹੈਗਾ ਗਊ ਸੈਸ ਇਕੱਠਾ ਕਰ ਰਹੀ ਹੈ ਸਰਕਾਰਾਂ। ਕਿਉਂ ਨਹੀਂ ਉਹ ਸਰਕਾਰ ਸਾਨੂੰ ਗਊਸ਼ਾਲਾਵਾਂ ਨੂੰ ਗਊਸ਼ਾ ਦਿੰਦੀ ਹੈ? ਉਹ ਸਰਕਾਰਾਂ ਪਤਾ ਨਹੀਂ ਪੈਸਾ ਕਿੱਥੇ ਜਾਂਦਾ। ਅਸੀਂ ਬਹੁਤ ਵਾਰੀ ਗੱਲਾਂ ਪ੍ਰਸ਼ਾਸਨ ਕੋਲ ਵੀ ਕੀਤੀਆਂ ਨੇ ਵੀ ਸਾਨੂੰ ਜਿਹੜਾ ਗਊਸੈਸ ਦੇ ਨਾਮ 'ਤੇ ਪੈਸਾ ਇਕੱਠਾ ਹੁੰਦਾ ਹੈ ਉਹ ਸਾਨੂੰ ਸਰਕਾਰ ਕੋਈ ਸਾਡੇ ਨਾਲ ਕੋਈ ਜਾਣੀ ਕਿ ਸਾਨੂੰ ਕੋਈ ਫੰਡ ਦੇਵੇ, ਕੋਈ ਸਾਨੂੰ ਗਊਸ਼ਾਲਾਵਾਂ ਨੂੰ ਫੰਡ ਅਰੇਂਜ ਕਰੇ, ਤਾਂ ਅਸੀਂ ਸਾਰੇ ਗਊਸ਼ਾਲਾਵਾਂ ਜੋ ਵੀ ਅਵਾਰਾ ਨੇ ਆਪਾਂ ਜਿਹਨੂੰ ਕਹਿੰਦੇ ਬੇਸਹਾਰਾ ਗਊ ਵੰਸ਼ ਘੁੰਮ ਰਿਹਾ, ਤਾਂ ਉਸਨੂੰ ਉਸ ਗਊਸ਼ਾਲਾ 'ਚ ਰੱਖਣ ਨੂੰ ਤਿਆਰ ਹਾਂ। ਕਿਉਂਕਿ ਅਗਰ ਹੁਣ ਅਸੀਂ ਇਹਨੂੰ ਲੈ ਕੇ ਜਾਂਦੇ ਹਾਂ ਤਾਂ ਉਹ ਅੰਦਰ ਮਾਰਨ ਵਾਲੀ ਗੱਲ ਹੀ ਹੈ, ਉਹਨਾਂ ਨੂੰ ਭੁੱਖੇ, ਜੇਕਰ ਅਸੀਂ ਉਹਨੂੰ ਸਾਡੇ ਕੋਲ ਖਾਣ ਪੀਣ ਦੀ ਕੋਈ ਵਿਵਸਥਾ ਨਹੀਂ ਕਰ ਸਕਦੇ, ਉਹਨਾਂ ਰਹਿਣ ਸਹਿਣ ਦੀ ਵਿਵਸਥਾ ਨਹੀਂ ਕਰ ਸਕਦੇ, ਤਾਂ ਫਿਰ ਉਹਨਾਂ ਨੂੰ ਮਾਰਨ ਵਾਲੀ ਗੱਲ ਹੀ ਹੈ ਨਾ। ਇਸ ਕਰਕੇ ਸਾਡੇ ਕੋਲ ਕੋਈ ਫਾਈਨੈਂਸ਼ਲੀ ਕੋਈ ਪੱਕਾ ਸਾਡੇ ਕੋਲ ਇੰਸ਼ੋਰੈਂਸ ਹੋਵੇ ਵੀ ਹਾਂ ਵੀ ਤੁਹਾਨੂੰ ਮੰਥਲੀ ਵੀ ਪਰ ਗਊ ਇੰਨਾ ਪੈਸਾ ਮਿਲੇਗਾ, ਤਾਂ ਅਸੀਂ ਹਰ ਇੱਕ ਗਊ ਸ਼ਾਮ ਨੂੰ ਤਿਆਰ ਹਾਂ, ਕੋਈ ਦਿੱਕਤ ਨਹੀਂ ਸਾਨੂੰ ਯਾਨੀ ਕਿ ਅਸੀਂ ਤਾਂ ਗਊ ਮਾਤਾ ਦੀ ਸੇਵਾ ਕਰਨ। ਪ੍ਰਸ਼ਾਸਨ ਦੇ ਦਰਬਾਰੇ ਤੁਸੀਂ ਜਦੋਂ ਇਹ ਗੱਲ ਕੀਤੀ ਤਾਂ ਪ੍ਰਸ਼ਾਸਨ ਦਾ ਕੀ ਜਵਾਬ ਸੀ? ਪ੍ਰਸ਼ਾਸਨ ਨਾਲ ਸਾਡੀਆਂ ਅਨੇਕਾਂ ਮੀਟਿੰਗਾਂ ਹੋ ਗਈਆਂ, ਉਹ ਬਸ ਜੋ ਕਹਿੰਦੇ ਨੇ ਕੋਈ ਗੱਲ ਨਹੀਂ ਜੀ, ਅਸੀਂ ਜਿਹੜੇ ਵੀ ਪ੍ਰਸ਼ਾਸਨ ਦੇ ਯਾਨੀ ਕਿ ਅਧਿਕਾਰੀ ਕੋਲ ਜਾਂਦੇ ਹਾਂ ਜਾਂ ਪ੍ਰਸ਼ਾਸਨਿਕ ਅਧਿਕਾਰੀ ਸਾਨੂੰ ਬੁਲਾਉਂਦੇ ਨੇ ਮੀਟਿੰਗਾਂ ਕਰਦੇ ਨੇ, ਉਹ ਸਾਨੂੰ ਬਸ ਇਹੀ ਗੱਲ ਕਹਿ ਕਹਿੰਦੇ ਨੇ ਕੋਈ ਗੱਲ ਨਹੀਂ ਅਸੀਂ ਤੁਹਾਡਾ ਕਰਵਾ ਦਾਂਗੇ, ਤੁਸੀਂ ਇੱਕ ਵਾਰੀ ਕੰਮ ਅੰਦਰ ਲੈ ਜਾਓ। ਅਸੀਂ ਉਹ ਪ੍ਰੈਸ਼ਰ 'ਚ ਆ ਕੇ ਕਦੇ ਵੀ ਕਿਸੇ 20-50 ਗਏ ਵੀ ਜੋ ਸੋ ਹੁਣ ਪਿਛਲੇ ਦਿਨੀ ਅਸੀਂ ਯਾਨੀ ਕਿ ਵੀ ਲਗਭਗ 250 ਦੇ ਕਰੀਬ ਅਸੀਂ ਗਊ ਵੰਸ਼ ਜਿਹੜਾ ਕਿ ਅੰਦਰ ਲੈ ਕੇ ਗਿਆ ਸਾਡੇ ਮਾਨਯੋਗ SDM ਸਾਹਿਬ ਦੇ ਕਹਿਣ ਦੇ ਉੱਤੇ, ਅਤੇ ਯਾਨੀ ਕਿ ਸਾਨੂੰ ਯਾਨੀ ਕਿ ਵੀ ਜਾਂ ਸਾਡੇ ਮਾਨਯੋਗ MLA ਸਾਹਿਬ ਦੇ ਕਹਿਣ ਦੇ ਉੱਤੇ ਅਸੀਂ ਉਹ ਯਾਨੀ ਕਿ ਵੀ ਇੱਥੋਂ 250-100 ਦੇ ਕਰੀਬ ਗਊ ਵੰਸ਼ ਜਿਹੜਾ ਹੈਗਾ ਗਊਸ਼ਾਲਾ 'ਚ ਲੈ ਗਏ, ਪਰ ਉਹਦਾ ਹੱਲ ਤਾਂ ਨਹੀਂ ਨਾ ਸਾਨੂੰ ਯਾਨੀ ਕਿ ਸਾਨੂੰ ਕੋਈ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਨਾ ਕੋਈ ਅਸੀਂ ਫਾਈਨੈਂਸ਼ਲੀ ਸਪੋਰਟ ਕਰਾਇਆ ਕਰਾਂਗੇ ਮਹੀਨੀ ਮੰਥਲੀ, ਪਰ ਕੋਈ ਉਹ ਨਹੀਂ ਮੁੜ ਕੇ ਬਸ ਇੱਕ ਵਾਰੀ ਭੇਜਤਾ, ਤਾਂ ਉਹ ਸਥਾਈ ਹੱਲ ਨਹੀਂ ਹੈਗਾ। ਸਾਨੂੰ ਕਹਿੰਦੇ ਵੀ ਕੋਈ ਨਾ ਕੋਈ ਯਾਨੀ ਕਿ ਵੀ ਦੇਖੋ ਗਊਸ਼ਾਲਾ ਚਲਾਉਣੀ ਨੇ, ਅਸੀਂ ਤਿਆਰ ਹਾਂ, ਅਸੀਂ ਗਊ ਵੰਸ਼ ਨੂੰ ਸਾਂਭਣ ਵਾਸਤੇ ਤਿਆਰ ਹਾਂ, ਪਰ ਸਾਡੇ ਕੋਲ ਇੱਕ ਯਾਨੀ ਕਿ ਵੀ ਉਹ ਤਾਂ ਹੋਵੇ ਵੀ ਸਾਡੇ ਕੋਲ ਅਸੀਂ ਯਾਨੀ ਕਿ ਵੀ ਕੋਈ ਫੰਡ ਤਾਂ ਹੋਣ ਸਾਡੇ ਕੋਲ, ਅਸੀਂ ਜੇਬਾਂ 'ਚ ਵੀ ਕਿੰਨਾ ਕੁ ਚਿਰ ਕਰਾਂਗੇ, ਲੋਕਾਂ ਤੋਂ ਅਸੀਂ ਕਿੰਨਾ ਚਿਰ ਮੰਗਾਂਗੇ, ਕਿਸੇ ਕੋਲ ਜਾਂਦੇ ਹਾਂ ਅਗਲਾ ਕੋਈ 1000 ਦੀ ਪਰਚੀ ਕਟਾ ਦੇ, 2000 ਦੀ ਕਟਾ ਦੂਗਾ, 3000 ਦੀ ਕਟਾ ਦੂਗਾ, 5000 ਦੀ ਕਟਾ ਦੂ, ਕਿੰਨਾ ਚਿਰ ਲਵਾਂਗੇ ਅਸੀਂ ਲੋਕਾਂ ਤੋਂ? ਜੋ ਸਰਕਾਰ ਇੱਕ ਗਊ ਸੈਸ ਦੇ ਨਾਮ 'ਤੇ ਪੈਸਾ ਇਕੱਠਾ ਕਰ ਰਹੀ ਹੈ ਉਹ ਸਾਨੂੰ ਕਿਉਂ ਨਹੀਂ ਦਿੰਦੀ? ਅਸੀਂ ਉਹ ਅਸੀਂ ਕਹਿੰਦੇ ਹਾਂ ਸਾਨੂੰ ਦੇਣ, ਸਾਨੂੰ ਯਾਨੀ ਕਿ ਸਾਡੇ ਨਾਲ ਇੰਸ਼ੋਰੈਂਸ ਕਰਨ, ਵਿਸ਼ਵਾਸ ਦਵਾਉਣ ਵੀ ਤੁਹਾਨੂੰ ਹਰ ਮੰਥਲੀ ਵੀ ਤੁਹਾਡੇ ਕੋਲ ਯਾਨੀ ਕਿ ਗਊ ਸੈਸ ਦਾ ਪੈਸਾ ਆਊਗਾ। ਮੈਂ ਕਹਿੰਦਾ ਅਸੀਂ ਸਾਰੇ ਗਵਾਂ ਸਾਹਮਣੇ ਤਿਆਰ ਹਾਂ, ਸੀ ਮੈਂ ਬੁਲਾਡੇ ਸਾਰੇ ਗਵਾਂ ਸਾਹਮਣੇ ਤਿਆਰ ਹਾਂ, ਜੇਕਰ ਸਾਡੇ ਨਾਲ ਗੱਲ ਕਰਦੇ ਨੇ ਵੀ ਜੇਕਰ ਤੁਸੀਂ ਵੀ ਤੁਹਾਨੂੰ ਵੀ ਅਸੀਂ ਗਊ ਸੈਸ ਦੇ ਜੋ ਪੈਸਾ ਆਊਗਾ ਅਸੀਂ ਦੇਵਾਂਗੇ। ਇੱਕ ਲੋਕਾਂ ਦਾ ਸਵਾਲ ਹੈ ਜੀ, ਮੇਰਾ ਵੀ ਹੈ ਲੋਕਾਂ ਦਾ ਵੀ ਹੈ, ਲੋਕ ਕਹਿੰਦੇ ਜਿਹੜਾ ਗਊਸ਼ਾਲਾ ਦੇ ਜਿਹੜੇ ਸਰਪ੍ਰਸਤ ਹੁੰਦੇ ਨੇ ਵੀ ਉਹ ਦੁੱਧ ਵਾਲੀਆਂ ਜਿਹੜੀ ਗਾਵਾਂ ਜ਼ਿਆਦਾ ਰੱਖਦੇ ਨੇ ਅਤੇ ਜਿਹੜੀ ਦੂਸਰੀ ਨੇ ਉਹਨਾਂ ਗਾਵਾਂ ਨੂੰ ਬਾਹਰ ਕੱਢ ਦਿੰਦੇ ਨੇ, ਇਹਦੇ ਵਿੱਚ ਕਿੰਨੀ ਕੁ ਸੱਚਾਈ ਅਤੇ ਕਿੰਨੀ ਕੀ ਇਹ ਗੱਲ ਹੈ ਜੀ? ਦੇਖੋ ਜੀ, ਤੁਸੀਂ ਗਊਸ਼ਾਲਾ 'ਚ ਆਓ ਜੀ, ਠੀਕ ਹੈ ਨਾ, ਗੱਲਾਂ ਸੁਣਨ ਨਾਲ ਕੁਛ ਨਹੀਂ ਹੁੰਦਾ, ਸਾਡੇ ਕੋਲ ਗਊਸ਼ਾਲਾ 'ਚ ਆਓ, ਸਾਡੇ ਕੋਲ ਤੁਹਾਨੂੰ ਪਤਾ ਲੱਗੂਗਾ ਵੀ ਬੇਸਹਾਰਾ ਗਊਸ਼ਾਲਾ ਕਿੰਨੀ ਗਾਵਾਂ ਕਿੰਨੀਆਂ ਨੇ ਸਾਡੇ ਕੋਲ, ਗਊ ਵੰਸ਼ ਕਿੰਨਾ ਸਾਡੇ ਕੋਲ, ਤਕਰੀਬਨ 35 ਗਾਵਾਂ ਨੇ ਜਿਹੜੀ ਦੁੱਧ ਦੇਣ ਵਾਲੀਆਂ ਨੇ, ਉਹ ਵੀ ਉਹਨਾਂ 'ਚੋਂ ਜਿਹੜੀ ਤਿਆਰ ਹੋ ਜਾਂਦੇ ਨੇ, ਬਾਕੀ ਸਾਡੇ ਕੋਲ ਨੀਅਰ ਅਬਾਊਟ 700 ਦੇ ਕਰੀਬ ਬੇਸਹਾਰਾ ਗਊ ਵੰਸ਼ ਹੈ ਜੋ ਕਿ ਨਾ ਕਿ ਦੁੱਧ ਦੇਊਗਾ ਕਦੀ ਵੀ, ਨਾ ਹੀ ਕੋਈ ਉਹ ਹੈ, ਤੁਸੀਂ ਆ ਕੇ ਦੇਖੋ ਉਹਨਾਂ ਦੀ ਵੀ ਰੱਖ ਰਖਾਵ ਸਾਨੂੰ ਵੱਧ ਤਰੀਕੇ ਨਾਲ ਹੋ ਰਹੀ ਹੈ। ਅਸੀਂ ਗਊਸ਼ਾਲਾ ਦੇ ਵਿੱਚ ਨਾ ਸਾਡੇ ਕੋਲ ਕੋਈ ਇਹੋ ਜਿਹਾ ਭੇਦਭਾਵ ਹੈ ਵੀ ਇਹ ਗਊ
ਤਾਂ ਅੱਗੇ ਵੀ ਪਊਗੀ ਤਾਂ ਪਿੱਛੇ ਵੀ ਪਊਗੀ ਸਾਰੇ, ਯਾਨੀ ਕਿ ਪਿਛਲੇ ਗਾਮਾਂ ਨੂੰ ਵੀ ਪਊਗੀ, ਸਾਰੇ ਗਊ ਵੰਸ਼ਾਂ ਨੂੰ, ਸਭ ਨੂੰ ਅਲੱਗ ਅਲੱਗ ਬਣਾਇਆ ਹੋਇਆ ਵਿੰਗ, ਸਭ ਨੂੰ ਇੱਕੋ ਜਿਹਾ ਪਹਿਨਣਾ, ਚਾਹੇ ਤੁਸੀਂ ਜਾ ਕੇ ਲੇਬਰ ਨਾਲ ਗੱਲ ਕਰ ਸਕਦੇ ਹੋ, ਸਾਡੇ ਕੋਲ ਰੋਜ਼ਾਨਾ ਯਾਨੀ ਕਿ ਵੀ ਕੋਈ ਵੀ ਇਹੋ ਜਿਹਾ ਕੁਛ ਨਹੀਂ ਹੈਗਾ ਵੀ ਅਸੀਂ ਕੋਈ ਦਰਿਆਤ ਕਰਦੇ ਹਾਂ, ਨਾ ਹੀ ਸਾਡੇ ਕੋਲ ਜਿਹੜਾ ਗਊ ਵੰਸ਼ ਇੱਕ ਵਾਰੀ ਅੰਦਰ ਆ ਗਿਆ ਅਸੀਂ ਉਹਨੂੰ ਬਾਹਰ ਕੱਢਦੇ ਹਾਂ। ਦੋਸਤੋ ਤੁਹਾਡੀ ਇਹ ਗੱਲ ਤਾਂ ਮੈਨੂੰ ਲੱਗਦਾ ਕਲੀਅਰ ਹੋ ਚੁੱਕੀ ਹੈ। ਇੱਕ ਅਗਰ ਆਪਾਂ ਗੱਲ ਕਰੀਏ ਗਊ ਸੇਵਾ, ਜਿਹੜੀ ਗਊ ਸ਼ਾਲਾ ਦੇ ਵਿੱਚ ਗਊਆਂ ਦੀ ਜਿਹੜੀ ਸੇਵਾ ਹੁੰਦੀ ਹੈ, ਤਾਂ ਉਹਦਾ ਜੇ ਆਪਾਂ ਗੱਲ ਕਰੀਏ ਤਾਂ ਇੱਕ ਗਊ 'ਤੇ ਘੱਟੋ ਘੱਟ ਕਿੰਨਾ ਕੁ ਖਰਚਾ ਆ ਜਾਂਦਾ? ਦੇਖੋ ਜੇਕਰ ਇੱਕ ਗਾਂ ਦੇ ਉੱਤੇ ਆਪਾਂ ਰੂਟੀਨ ਦਾ ਖਰਚਾ ਲਾਈਏ, ਇੱਕ ਗਾਂ ਡੇਲੀ, ਠੀਕ ਹੈ ਨਾ, ਜੇਕਰ ਆਪਾਂ ਜਮ੍ਹਾਂ ਘੱਟੋ ਘੱਟ ਵੀ ਲਾ ਲਈਏ, ਵੈਸੇ ਤਾਂ ਰੂਟੀਨ 'ਚੋਂ 100 ਰੁਪਏ ਦਾ ਖਾਂਦੀ ਹੈ ਇੱਕ ਗਾਂ ਜੇ। ਚਲੋ ਆਪਾਂ ਵੀ ਐਂ ਕਹਿੰਦੇ ਵੀ ਆਪਾਂ ਕਿਉਂਕਿ ਕਈ ਚੀਜ਼ਾਂ ਸਾਨੂੰ ਯਾਨੀ ਕਿ ਦਾਨ 'ਚ ਆਉਂਦੀਆਂ ਨੇ, ਜਿਵੇਂ ਉਹਨੂੰ ਤੂੜੀ ਹੈ, ਅਸੀਂ ਪਿੰਡਾਂ 'ਚ ਜਾਂਦੇ ਹਾਂ, ਪਿੰਡਾਂ ਜਾ ਕੇ ਅਸੀਂ ਦਾਨ 'ਚ ਉਹਨਾਂ ਤੋਂ ਸਾਨੂੰ ਕਾਫੀ ਮਾਤਰਾ 'ਚ ਤੂੜੀ ਯਾਨੀ ਕਿ ਵੀ ਤਕਰੀਬਨ ਦਾਨ 'ਚ ਮਿਲ ਜਾਂਦੀ ਹੈ, ਠੀਕ ਹੈ ਜੀ। ਹੁਣ ਹਰੇ ਚਾਰੇ ਦਾ ਸੀਜ਼ਨ ਹੈ, ਹਰਾ ਚਾਰਾ ਸਾਨੂੰ ਤਕਰੀਬਨ ਕਾਫੀ ਦਾਨ 'ਚ ਮਿਲ ਜਾਂਦਾ, ਠੀਕ। ਅਸੀਂ ਯਾਨੀ ਕਿ ਜਿਵੇਂ ਹੁਣ ਜਿਹੜੇ ਜਿਵੇਂ ਹੁਣ ਸਾਡੇ ਕੋਲ ਨੀਅਰ ਅਬਾਊਟ 30 ਦੇ ਕਰੀਬ ਸਾਡੇ ਕੋਲ ਗਊ ਸੇਵਕ ਨੇ ਯਾਨੀ ਜਿਹੜੇ ਅਸੀਂ ਇੱਥੇ ਪੇੜ ਰੱਖੇ ਹੋਏ ਨੇ, ਉਹਨਾਂ ਨੂੰ ਯਾਨੀ ਕਿ ਤਨਖਾਹ ਦੇਣੀ, ਮੈਡੀਸਨ ਮੁੱਲ ਲੈ ਕੇ ਆਉਣੀ। ਹੁਣ ਜਿਵੇਂ ਇਸ ਟਾਈਮ 'ਤੇ ਬਿਮਾਰੀ ਚੱਲ ਰਹੀ ਹੈ, ਸਾਨੂੰ ਪਤਾ ਕਿੰਨਾ ਔਖਾ ਯਾਨੀ ਕਿ ਵੀ ਉਸ ਕੰਮ ਨੂੰ ਸਾਹਮਣਾ ਯਾਨੀ ਕਿ ਵੀ, ਅਤੇ ਉਸ ਦੇ 'ਚ ਯਾਨੀ ਕਿ ਵੀ ਰੂਟੀਨ ਦੀ ਸਾਡੇ ਕੋਲ ਲੈ ਕੇ ਆਉਣੀ, ਖਲ ਮੁੱਲ ਲੈ ਕੇ ਆਉਂਦੇ ਹਾਂ, ਹੋਰ ਯਾਨੀ ਕਿ ਵੀ ਕਈ ਚੀਜ਼ਾਂ ਨੇ ਕਿ ਜਿਹੜੀਆਂ ਜ਼ਰੂਰੀ ਵਸਤਾਂ ਨੇ ਯਾਨੀ ਕਿ ਉੱਥੇ ਉਹਨਾਂ ਨੇ ਪਾਣੀ ਦੀ ਵਿਵਸਥਾ ਕਰਨੀ, ਕੋਈ ਲਾਈਟ ਚਲੀ ਗਈ, ਜਨਰੇਟਰ ਦੀ ਵਿਵਸਥਾ ਕਰਨੀ, ਪੱਖਿਆਂ ਦੀ ਕੋਈ, ਉਹਨਾਂ ਇਹ ਜੋ ਰੂਟੀਨ ਦੇ ਉੱਤੇ ਜਿਹੜੇ ਕੰਮ ਨੇ ਉਹਨਾਂ 'ਤੇ ਖਰਚੇ ਹੁੰਦੇ ਨੇ। ਇਸ ਕਰਕੇ ਆਪਾਂ ਜੇ ਕਹੀਏ ਘੱਟੋ ਘੱਟ ਯਾਨੀ ਕਿ ਵੀ ਇੱਕ ਦਿਨ ਦਾ 50 ਰੁਪਏ ਦਾ ਘੱਟੋ ਘੱਟ ਖਰਚਾ ਜਿਹੜਾ ਹੈਗਾ, ਅਸੀਂ ਸਰਕਾਰ ਨੂੰ ਵੀ ਕਹਿੰਦੇ ਜੇ ਅਗਰ ਸਾਡੇ 50 ਰੁਪਏ ਇੱਕ ਪਸ਼ ਆਪਣਾ ਗਊ ਵੰਸ਼ ਦੇ ਮੁਤਾਬਕ, ਇੱਕ ਗਊ ਮਾਤਾ ਦਾ ਜਾਂ ਇੱਕ ਬਲਦ ਦਾ, ਇੱਕ ਢੱਠੇ ਦਾ, ਨਿੰਦੀ ਦਾ, ਸਾਡੇ ਨਾਲ ਉਹ ਤੈਅ ਕਰਦੇ ਨੇ ਵੀ ਸਾਨੂੰ 50 ਰੁਪਏ ਅਸੀਂ ਦੇਵਾਂਗੇ। ਮੈਂ ਕਹਿੰਦਾ ਸਾਡਾ ਰਿਟਰਨ 'ਚ ਐਗਰੀਮੈਂਟ ਕਰਨ, ਸਾਨੂੰ 50 ਰੁਪਏ ਮਹੀਨਾ ਮੰਥਲੀ ਮਿਲੇ, ਤਾਂ ਅਸੀਂ ਯਾਨੀ ਕਿ ਸਾਨੂੰ ਕਿੰਨੇ ਮਰਜ਼ੀ ਗਾਵਾਂ ਗਊ ਯਾਨੀ ਕਿ ਸਾਨੂੰ ਸੰਭਾਲੋ, ਅਸੀਂ ਸਾਰੇ ਸਾਹਮਣੇ ਤਿਆਰ ਹਾਂ ਉੱਥੇ। ਦੇਖੋ ਸ਼ੈੱਡ ਅਸੀਂ ਬਣਨੇ ਆ, ਕਿੰਨੇ ਸਰ ਕਿੰਨੇ ਟਾਈਮ ਤੋਂ ਇਹ ਜਿਹੜਾ ਇਹ ਚੱਲ ਰਿਹਾ, ਪਿਛਲੇ ਕਈ ਸਾਲਾਂ ਤੋਂ ਆਪਾਂ ਦੇਖ ਰਹੇ, ਪਿਛਲੇ ਸਰਕਾਰਾਂ ਨੇ ਵੀ ਜਦੋਂ ਗਊ ਸਖਸ ਜਿਹੜਾ ਇਹ ਆਪਣਾ ਹੈਗਾ ਜਦੋਂ ਸਟਾਰਟ ਹੋਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਚੀਜ਼ਾਂ ਚੱਲੀਆਂ ਆ ਰਹੀਆਂ ਨੇ, ਕਿਸੇ ਪ੍ਰਕਾਰ ਵੀ ਜਿਹੜੀ ਗੌਰਮੈਂਟ ਦੀ ਆਪਾਂ ਨੂੰ ਕੋਈ ਹੈਲਪ ਨਹੀਂ ਮਿਲ ਰਹੀ, ਅਤੇ ਕਦੋਂ ਤੱਕ ਲੱਗਦਾ ਕਿ ਤੁਹਾਨੂੰ ਕਦੋਂ ਤੱਕ ਲੋਕ ਇਸ ਤੋਂ ਨਿਜਾਤ ਪਾਉਣਗੇ, ਲੋਕਾਂ ਦੀਆਂ ਜਿਹੜੀਆਂ ਮੌਤਾਂ ਕਦੋਂ ਤੋਂ ਘਟਣੀਆਂ ਬੰਦ ਹੋਣਗੀਆਂ? ਦੇਖੋ ਮੈਂ ਸਰਕਾਰ ਨੂੰ ਸਿੱਧਾ ਸਿੱਧਾ ਜ਼ਿੰਮੇਵਾਰ ਸਮਝਦਾ, ਅਸੀਂ ਪਹਿਲਾਂ ਵੀ ਜੇਕਰ ਕੋਈ ਵੀ ਸਰਕਾਰਾਂ ਰਹੀਆਂ ਨੇ ਉਹਨਾਂ ਸਰਕਾਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਰਹੇ ਹਾਂ ਵੀ ਜਿਹਨੇ ਕਿ ਜਿਹੜਾ ਗਊ ਸੈਸ ਦਾ ਪੈਸਾ ਹੈ ਉਹ ਤੁਸੀਂ ਅਗਰ ਗਊਸ਼ਾਲਾ ਨੂੰ ਦਿਓਗੇ, ਗਊਸ਼ਾਲਾ ਨੂੰ ਬਾਉਂਡ ਕਰੋਗੇ, ਤੁਸੀਂ ਗਊਸ਼ਾਲਾ ਨੂੰ ਕਹੋ ਵੀ ਅਸੀਂ ਮੰਥਲੀ ਪੇਮੈਂਟ ਦੇਵਾਂਗੇ, ਤਾਂ ਮੈਂ ਕਹਿੰਦਾ ਯਾਨੀ ਕਿ ਵੀ ਕੋਈ ਬੇਸਹਾਰਾ ਕੋਈ ਗਊ ਵੰਸ਼ ਹੋਣੇ ਨੂੰ ਬਾਜ਼ਾਰ 'ਚ, ਜਦੋਂ ਸਾਡੀ ਇੱਕ ਲਿਬਰਟੀ ਯਾਨੀ ਕਿ ਸਾਨੂੰ ਕੋਈ ਤੈਅ ਕਰਤਾ ਵੀ ਤੁਹਾਨੂੰ ਮੰਥਲੀ ਮਿਲੂਗੀ ਆਹ ਇੱਕ ਵੀ ਇੰਨੇ ਤੁਸੀਂ ਇੰਨੇ ਵੀ ਤੁਹਾਡੇ ਕੋਲ ਇੰਨੇ ਗਊ ਵੰਸ਼ ਹੈ, ਤੁਹਾਡੇ ਕੋਲ ਇੰਨੀ ਕਪੈਸਿਟੀ ਹੈ, ਤੁਸੀਂ ਇੰਨੇ ਰੱਖਣੇ ਨੇ ਅੰਦਰ, ਤੁਹਾਨੂੰ ਇਹਨਾਂ ਦਾ ਵੀ ਪੈਸਾ ਮਿਲੂਗਾ ਹੀ ਮਿਲੂਗਾ। ਮੈਂ ਕਹਿੰਦਾ ਸ਼ਹਿਰ ਪੰਜਾਬ ਦੇ ਜਿਵੇਂ ਤੁਹਾਡੇ ਕੋਲ ਕਿੰਨੇ ਗਊਸ਼ਾਲਾਵਾਂ ਨੇ, ਕਿੰਨੀਆਂ ਪੰਜਾਬ ਦੇ ਨੇ, ਤਾਂ ਸਰ ਪੰਜਾਬ ਦੇ ਵਿੱਚ ਤੁਸੀਂ ਜਿਵੇਂ ਗਊਸ਼ਾਲਾਵਾਂ ਇੰਨੀਆਂ ਸਾਰੀਆਂ ਨੇ, ਤਾਂ ਤੁਸੀਂ ਸਾਰੇ ਇਕੱਠੇ ਹੋ ਕੇ ਕਦੇ ਸਰਕਾਰ ਕੋਲ ਇਸ ਸੰਬੰਧੀ ਤੁਸੀਂ ਜਿਵੇਂ ਦੱਸਿਆ ਪ੍ਰਸ਼ਾਸਨ ਨੂੰ ਮਿਲਿਓ, ਤਾਂ ਗੌਰਮੈਂਟ ਨੂੰ ਕਦੋਂ ਸੂਝ ਆਊਗੀ, ਕਦੋਂ ਉਸ ਚੀਜ਼ ਨੂੰ ਸੂਝ ਕੇ ਆਪਣੀ ਜਿਹੜੀ ਮੌਤਾਂ ਨੂੰ ਰੋਕਿਆ ਜਾ ਸਕਦਾ, ਇਹ ਕਦੋਂ ਹੋਊਗਾ? ਹੁਣ ਦੇਖੋ ਜੀ ਪਤਾ ਕੀ ਹੈ, ਅਸੀਂ ਸਰਕਾਰੀ ਦੁਆਰੇ ਬਹੁਤ ਵਾਰੀ ਜਾਏ, ਬਹੁਤ ਵਾਰੀ ਮੈਂ 2004 ਤੋਂ ਲਗਾਤਾਰ ਇਸ ਗਊ ਵੰਸ਼ ਦੀ ਸੇਵਾ ਵਾਸਤੇ ਲੱਗੇ ਹੋਏ ਹਾਂ ਅਸੀਂ, ਔਰ ਅਸੀਂ ਪਤਾ ਨਹੀਂ ਕਿੰਨੀਆਂ ਕੁ ਮੀਟਿੰਗਾਂ, ਕਿੰਨੇ ਕੁ ਪ੍ਰਸ਼ਾਸਨ ਦੇ ਵਿੱਚ ਪੰਜਾਬ ਲੈਵਲ 'ਤੇ ਕਿ DC ਲੈਵਲ 'ਤੇ ਜਾਂ SDM ਸਾਹਿਬ ਲੈਵਲ 'ਤੇ ਅਸੀਂ ਪਤਾ ਨਹੀਂ ਕਿੰਨੀਆਂ ਕੁ ਮੀਟਿੰਗਾਂ ਕਰ ਚੁੱਕੇ ਜੀ, ਬਟ ਅੱਜ ਤੱਕ ਸਾਨੂੰ ਕੋਈ ਇਹਦਾ ਹੱਲ ਨਹੀਂ ਮਿਲਦਾ ਹੈਗਾ। ਬਸ ਮੀਟਿੰਗ ਜਾਂਦੇ ਹਾਂ, ਮੀਟਿੰਗ 'ਚ ਘੰਟਾ 2 ਘੰਟੇ ਗੱਲਬਾਤ ਕੀਤੀ, ਹਾਂ ਲੋਕ ਕੀ ਕਰਨ, ਤੁਹਾਡੇ ਮੁਤਾਬਿਕ ਹੁਣ ਜਿਹਦੇ ਘਰ 70 ਵਿੱਚ ਜਾਂਦੇ ਨੇ ਜਾਂ ਜਿਹੜੇ ਲੋਕ ਕੀ ਕਰਨ, ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਲੋਕ ਦੇਖੋ ਬਹੁਤ ਸਾਰੇ ਲੋਕ ਨਹੀਂ ਬੋਲਦੇ ਮਾਈਕ ਅੱਗੇ ਵੀ, ਤਾਂ ਲੋਕ ਆਪਦੀ ਦਿਲ ਦੀਆਂ ਭਾਵਨਾਵਾਂ ਕਿਹਦੇ ਅੱਗੇ ਕੀ ਕਰਨ, ਉਹ ਲੋਕਾਂ ਨੂੰ ਤੁਸੀਂ ਕੀ ਸੁਜੈਸਟ ਕਰ? ਦੇਖੋ ਅਸੀਂ ਵੀ ਸਾਡੇ ਵੀ ਇਸ ਗੱਲ ਦੇ ਪ੍ਰਤੀ ਬਹੁਤ ਅਸੀਂ ਵੀ ਦੁਖੀ ਹੁੰਦੇ ਹਾਂ ਜਦੋਂ ਕਿਸੇ ਦੀ ਯਾਨੀ ਕਿ ਜਵਾਨ ਯਾਨੀ ਕਿ ਵੀ ਕਿਉਂਕਿ ਜਿਹੜੇ ਯਾਨੀ ਕਿ ਵੀ ਯਾਨੀ ਕਿ ਵੀ ਬੇਸਹਾਰਾ ਕੋਈ ਵੀ ਯਾਨੀ ਕਿ ਵੀ ਪਸ਼ੂ ਧਨ ਘੁੰਮ ਰਿਹਾ ਨਾ, ਇਹ ਬਹੁਤ ਯਾਨੀ ਕਿ ਵੀ ਉਹ ਭਿਆਨਕ ਰੂਪ ਹੁੰਦੇ ਨੇ, ਇਹਨਾਂ ਗਲਤ ਯਾਨੀ ਕਿ ਤਰੀਕੇ ਨਾਲ ਯਾਨੀ ਕਿ ਵੀ ਲੋਕਾਂ ਨਾਲ ਐਕਸੀਡੈਂਟ ਕਰ ਰਹੇ ਨੇ, ਤਾਂ ਸਾਡੇ ਮਨ 'ਚ ਕਿਤੇ ਨਾ ਕਿਤੇ ਪੀੜਾ ਹੁੰਦੀ ਯਾਰ ਵੀ ਇਹਨੂੰ ਆਪਾਂ ਨੂੰ ਕੁਛ ਕਰਨਾ ਚਾਹੀਦਾ, ਪਰ ਅਸੀਂ ਕੀ ਕਰੀਏ ਜੋ ਤੱਕ ਸਾਨੂੰ ਸਰਕਾਰ ਨਹੀਂ ਸਹਿਯੋਗ ਦਿੰਦੀ। ਮੈਂ ਕਹਿੰਦਾ ਸਰਕਾਰ ਸਾਨੂੰ ਸਹਿਯੋਗ ਦੇਵੇ, ਅਸੀਂ ਅੱਜ ਹੀ ਸਾਨੂੰ ਸਰਕਾਰ ਸਾਡੇ ਨਾਲ ਵਿਸ਼ਵਾਸ ਕਰੇ, ਅੱਜ ਤੋਂ ਅਸੀਂ ਯਾਨੀ ਕਿ ਵੀ ਜਿੰਨੇ ਕਿ ਗਊ ਵੰਸ਼ ਯਾਨੀ ਕਿ ਹੈਗਾ ਸਾਰਾ ਅਸੀਂ ਅੰਦਰ ਲੈ ਕੇ ਆਉਣ, ਕਿਉਂਕਿ ਉਹ ਖਾਣ ਨੂੰ ਭਾਲਦੇ ਨੇ, ਅਸੀਂ ਉਹਨਾਂ ਨੂੰ ਅੰਦਰ ਭੁੱਖੇ ਤਾਂ ਨਹੀਂ ਮਾਰ ਸਕਦੇ ਨਾ, ਜੇ ਤਾਂ ਹੁਣ ਅੰਦਰ ਅਸੀਂ ਕਹੀ ਵੀ ਗਊਸ਼ਾਲਾ ਜਿਹਦੀ ਕਿ ਗਊਸ਼ਾਲਾ ਕੋਈ ਹੱਲ ਨਹੀਂ ਹੈਗਾ, ਇਹਦਾ ਇੱਕ ਆਪਾਂ ਇੱਕ ਬਣਾਇਆ ਹੋਇਆ, ਇਹ ਤਾਂ ਇੱਕ ਸਰਵਿਸ ਸਮਝ ਨਹੀਂ ਕਿ ਆਪਾਂ ਨੇ ਕਿਹਾ ਵੀ ਯਾਰ ਗਊਆਂ ਵਿਚਾਰੀਆਂ ਵੀ ਇੱਧਰ ਉੱਧਰ ਤੁਰੀਆਂ ਫਿਰਦੀਆਂ ਨੇ ਵੀ ਉਹਨਾਂ ਵਾਸਤੇ
ਕੋਈ ਸਹੀ ਹੱਲ ਨਹੀਂ ਹੈਗਾ। ਹਰ ਇੱਕ ਲੋਕ ਜਾਨੀ ਕਿ ਮੈਂ ਕਹਿੰਦਾ ਜੀ ਕਿ ਚਲੋ ਆਪਾਂ ਜੇ ਪਬਲਿਕ ਦੀ ਗੱਲ ਕਰੀਏ, ਆਮ ਲੋਕਾਂ ਦੀ ਗੱਲ ਕਰੀਏ ਕਿ ਲੋਕ ਵੀ ਸਹਿਯੋਗ ਦੇਣ। ਲੋਕ ਕਹਿਣ ਲੱਗਾ ਸੀ ਕਿ ਗਾਵਾਂ ਅਸੀਂ, ਮੈਂ ਸਾਹਮਣੇ ਤਿਆਰਾਂ, ਇੱਕ ਗਾਂ ਮੇਰੇ ਨਾਮ ਦੀ, ਇਹਦਾ ਖਰਚਾ ਮੈਂ ਦੂੰਗਾ ਡੇਲੀ ਦਾ। ਜੇਕਰ ਇਹੋ ਜਿਹਾ ਕੁਛ ਆਪਣੇ 'ਚ ਨਹੀਂ ਸਰਕਾਰਾਂ ਕੁਛ ਕਰਦੀਆਂ, ਮੈਂ ਕਹਿੰਦਾ ਲੋਕ ਪਬਲਿਕ ਵੀ ਕੁਛ ਕਰ ਸਕਦੀ ਹੈ। ਪਬਲਿਕ ਕਹੇ ਜਾਣੀ ਕਿ ਵੀ ਸਾਨੂੰ ਜਾਣੀ ਕਿ ਵੀ ਮੈਂ ਬੁਢਲਾਡੇ ਦੀ ਗੱਲ ਕਰਾਂ, ਬੁਢਲਾਡੇ ਵਿੱਚ 50,000 ਦੀ ਆਬਾਦੀ ਹੈ, ਕਿ ਆਪਾਂ ਜਾਣੀ ਕਿ ਵੀ 5,000 ਗਾਂ ਰੱਖਣ ਨੂੰ ਵੀ ਕਪੈਸਿਟੀ ਨਹੀਂ ਹੈ ਆਪਣੇ ਕੋਲ। ਮੈਂ ਕਹਿੰਦਾ 5,000 ਗਾਵਾਂ ਕਹੋ ਵੀ ਇੱਕ ਗਾਂ ਦਾ ਖਰਚਾ ਮੈਂ ਰੋਜ਼ ਦਾ ਵੀ ਮੈਂ ਦਿਆ ਕਰੂੰਗਾ, ਤਾਂ ਕਿ ਆਪਾਂ ਗਾਵਾਂ ਤੋਂ ਵੀ ਗਊਸ਼ਾਲਾ 'ਚ ਆ ਕੇ ਉੱਥੇ ਸੇਵਾ ਕਰਨ। ਮੈਂ ਕਹਿੰਦਾ ਅਜੇ ਹੱਲ ਨੇ, ਹੱਲ ਤਾਂ ਬਥੇਰੇ ਨੇ, ਪਰ ਆਪਾਂ ਕਰਨ ਲੋਕ ਇੱਕ ਇੱਕੋ ਬੰਦੇ ਨਾਲ ਨਹੀਂ ਹੋਣਾ, ਇਹ ਸਭ ਨਾਲ ਹੱਲ ਹੋਣਾ, ਸਭ ਨੂੰ ਮਿਲ ਕੇ ਹੱਲ ਕਰਨਾ ਪੈਣਾ ਆਪਾਂ ਨੂੰ ਜੀ। ਤਾਂ ਦੋਸਤੋ ਤੁਸੀਂ ਸੁਣਿਆ ਕਿ ਇਹਨਾਂ ਨੇ ਦੱਸਿਆ ਕਿ ਗਊ ਜਿਹੜਾ ਆਪਣਾ ਬੇਸਹਾਰਾ ਜਿਹੜੀ ਗਊਆਂ ਜਿਹੜੀਆਂ ਸੜਕਾਂ ਦੇ ਉੱਤੇ ਘੁੰਮ ਰਹੀਆਂ ਨੇ, ਉਹਨਾਂ ਦਾ ਅਗਰ ਪਾਲਣ ਪੋਸ਼ਣ ਅਗਰ ਇੱਕ ਇੱਕ ਬੰਦਾ ਕਰਕੇ ਦੇਵੇ, ਤਾਂ ਇਸ ਚੀਜ਼ ਦੀ ਜਿਹੜੀ ਇਹ ਠੱਲ ਇਸ ਉੱਤੇ ਪਾਈ ਜਾਂਦੀ ਹੈ, ਕਿਉਂਕਿ ਪ੍ਰਸ਼ਾਸਨ ਅਗਰ ਸਾਡੀ ਇਸ ਵੀਡੀਓ ਨੂੰ ਦੇਖਦਾ, ਤਾਂ ਅਗਰ ਸਾਡੀ ਇਹ ਸਰਕਾਰ ਜੇ ਕਿਤੇ ਵੀ ਸਾਡੀ ਇਹ ਗੱਲਬਾਤ ਸੁਣਦੀ ਹੈ, ਤਾਂ ਕਿਰਪਾ ਕਰਕੇ ਇਸ ਦਾ ਜਿੰਨਾ ਜਲਦੀ ਜਿਹੜਾ ਹੱਲ ਆ ਉਹ ਕਰ ਦਿੱਤਾ ਜਾਵੇ, ਤਾਂ ਜੋ ਲੋਕਾਂ ਦੇ ਘਰ ਜਿਹੜੇ ਜਵਾਨੀ ਜਿਹੜੇ ਸੱਥਰ ਨੇ ਉਹ ਨਾ ਵਿਛਣ। ਕੈਮਰਾ ਪਰਸਨ ਬਿੱਟੇ ਦੇ ਨਾਲ ਮੈਂ ਅਮਿਤ ਚਾਵਲਾ।